ਪੰਜਾਬ ਦੇ ਵਿੱਚ ਲੋਕ ਸਭਾ ਦੇ ਆਖਰੀ ਚਰਨ ਦੀਆਂ ਚੋਣਾਂ ਕੱਲ ਯਾਨੀ ਕਿ 1 ਜੂਨ ਨੂੰ ਹੋਣ ਜਾ ਰਹੀਆਂ ਨੇ। ਇਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੀ ਸੁਰੱਖਿਆ ਨੂੰ ਵੀ ਚਾਕ ਚੌਬੰਦ ਕਰ ਦਿੱਤਾ ਗਿਆ ਹੈ। ਖਾਸ ਕਰਕੇ ਸ਼ਹਿਰ ਦੇ ਬਾਹਰ ਤੋਂ ਆਉਣ ਵਾਲੇ ਵਾਹਨਾਂ ਦੀ ਖਾਸ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੁਧਿਆਣਾ ਦੇ ਵਿੱਚ ਚੋਣਾਂ ਨੂੰ ਸੁਖਾਵੇਂ ਢੰਗ ਦੇ ਨਾਲ ਕਰਵਾਇਆ ਜਾ ਸਕੇ। ਲੋਕ ਸਭਾ ਦੇ ਆਖਰੀ ਚਰਨ ਦੇ ਇਲੈਕਸ਼ਨ ਜਿਹੜੇ ਨੇ ਉਹ ਕੱਲ੍ਹ ਯਾਨੀ ਕਿ 1 ਜੂਨ ਨੂੰ ਹੋਣ ਜਾ ਰਹੇ ਨੇ ਔਰ ਇਸ ਵਕਤ ਲੁਧਿਆਣਾ ਦੇ ਬਾਈਪਾਸ ਏਰੀਆ ਦੇ ਉੱਤੇ ਮੈਂ ਖੜਾ ਜਿੱਥੇ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਕੀਤੇ ਗਏ ਨੇ ਔਰ ਹਰ ਆਉਣ ਜਾਣ ਵਾਲੇ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਕਿਉਂਕਿ ਕੱਲ੍ਹ ਇਲੈਕਸ਼ਨ ਨੇ ਔਰ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਨੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਔਰ ਡੀਸੀ ਲੁਧਿਆਣਾ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਹਰ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾਵੇ ਔਰ ਖਾਸ ਕਰਕੇ ਕਾਰਾਂ ਦੇ ਵਿੱਚ ਸਮਾਨ ਜਾਂ ਬੈਗ ਦੀ ਤਲਾਸ਼ੀ ਜਿਹੜੀ ਹੈ ਜ਼ਰੂਰ ਲਿੱਤੀ ਜਾਵੇ ਔਰ ਨਾਲ ਹੀ ਜਿਹੜੇ ਵੀ ਲੋਕ ਲੁਧਿਆਣਾ ਤੋਂ ਬਾਹਰ ਦੇ ਨੇ ਜਾਂ ਬਾਹਰ ਜਿਹੜੀ ਇਲੈਕਸ਼ਨ ਕੰਪੇਨ ਦੇ ਵਿੱਚ ਆਏ ਸੀ ਉਹਨਾਂ ਨੂੰ ਸ਼ਹਿਰ ਦੀ ਜਿਹੜੀ ਸਰਹੱਦ ਹੈ ਉਹ ਛੱਡਣੀ ਪਏਗੀ ਔਰ ਇਸ ਵਕਤ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਪੁਲਿਸ ਜਿਹੜੀ ਹੈ ਲਗਾਤਾਰ ਚੈਕਿੰਗ ਕਰ ਰਹੀ ਹੈਗੀ ਹੈ, ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ, ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੇ ਕੈਮਰਾਮੈਨ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਔਰ ਪੁਲਿਸ ਡਿਪਾਰਟਮੈਂਟ ਵੀ ਹਰ ਗੱਡੀ ਦੀ ਜਿਹੜੀ ਹੈ ਚੈਕਿੰਗ ਕਰ ਰਿਹਾ ਹੈਗਾ ਤਾਂ ਜੋ ਕੋਈ ਵੀ ਜਿਹੜੀ ਹੈ ਅਣਸੁਖਾਵੀ ਘਟਨਾ ਨਾ ਹੋਵੇ ਔਰ ਸ਼ਹਿਰ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹ ਸੁਖਾਵੇ ਢੰਗ ਦੇ ਨਾਲ ਹੋ ਸਕਣ। ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਲੰਧਰ ਬਾਈਪਾਸ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਜਿੱਥੇ ਹਰ ਗੱਡੀ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ, ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈਗੀ ਹੈ ਔਰ ਵਾਹਨ ਦੀ ਜਾਂਚ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ, ਡਿੱਗੀ ਖੁਲਵਾਈ ਜਾ ਰਹੀ ਹੈਗੀ ਹੈ ਔਰ ਕਾਰ ਦੀ ਚੈਕਿੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਨੇ ਲਗਾਤਾਰ ਵਾਹਨਾਂ ਨੂੰ ਰੋਕ ਰਹੇ ਨੇ ਔਰ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ। ਖਾਸ ਕਰ ਸ਼ਹਿਰ ਦੇ ਬਾਹਰ ਤੋਂ ਆਉਣ ਵਾਲੇ ਵਾਹਨਾਂ ਦੀ ਜਿਹੜੀ ਚੈਕਿੰਗ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਕਿਉਂਕਿ ਤਕਰੀਬਨ ਜਿੰਨੇ ਵੀ ਵਾਹਨ ਸ਼ਹਿਰ ਤੋਂ ਬਾਹਰ ਆ ਰਹੇ ਨੇ ਉਹਨਾਂ ਦੀ ਜਿਹੜੀ ਹੈ ਤਲਾਸ਼ੀ ਜ਼ਰੂਰ ਕਿਤੇ ਨਾ ਕਿਤੇ ਲਿੱਤੀ ਜਾ ਰਹੀ ਹੈਗੀ ਹੈ ਤਾਂ ਜੋ ਸ਼ਹਿਰ ਦੇ ਵਿੱਚ ਇਲੈਕਸ਼ਨ ਜਿਹੜੇ ਨੇ ਉਹ ਸੁਖਾਵੇਂ ਢੰਗ ਨਾਲ ਹੋ ਸਕਣ। ਸਰ, ਹਰ ਵਾਹਨ ਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਕੋਈ ਇਤਰਾਜ਼ਯੋਗ ਚੀਜ਼ ਨਾ ਹੋਵੇ, ਕੈਸ਼ ਵਗੈਰਾ ਨਾ ਹੋਵੇ, ਇਲੈਕਸ਼ਨ ਦੇ ਵਿੱਚ ਸ਼ਰਾਬ ਵਗੈਰਾ ਜਾਂ ਕੋਈ ਹੋਰ ਚੀਜ਼ ਨਾ ਹੋਵੇ ਉਸ ਕਰਕੇ। ਸਰ, ਸਵੇਰ ਤੋਂ ਹੀ ਜਿਹੜੀ ਹੈ ਚੈਕਿੰਗ ਸ਼ੁਰੂ ਹੋ ਗਈ ਸੀ, ਹੁਣ ਤੱਕ ਕਿੰਨੇ ਕੁ ਵਾਹਨ ਜਿਹੜੇ ਚੈੱਕ? ਹੁਣ ਤੱਕ ਅਸੀਂ ਤਕਰੀਬਨ 30-35 ਵਾਹਨ ਚੈੱਕ ਕਰ ਲਏ ਆ। ਸਵੇਰੇ 6 ਵਜੇ ਦੀ ਸ਼ੁਰੂ ਹੋਈ ਹੈ ਚੈਕਿੰਗ। ਸਰ, ਸ਼ਹਿਰ ਦੇ ਵਿੱਚ ਸੁਖਾਵੇਂ ਢੰਗ ਨਾਲ ਇਲੈਕਸ਼ਨ ਹੋਏ ਆ, ਇਸ ਲਈ ਤੁਸੀਂ ਵੀ ਡਿਊਟੀ ਜਿਹੜੀ ਹੈ ਤਨਦੇਹੀ ਨਾਲ ਨਿਭਾ ਰਹੇ ਹੋ, ਕੀ ਲੱਗ ਰਿਹਾ ਲੋਕ ਕੋਆਪਰੇਟ ਕਰ ਰਹੇ ਹੈ? ਨਹੀਂ, ਬਿਲਕੁਲ ਲੋਕ ਕੋਆਪਰੇਟ ਕਰ ਰਹੇ ਜੀ, ਕੋਈ ਵੀ ਇਨਸਾਨ ਇੱਦਾਂ ਦਾ ਨਹੀਂ ਹੈ ਜਿਹਨੇ ਕੋਆਪਰੇਟ ਨਾ ਕੀਤਾ। ਬਹੁਤ ਵਧੀਆ ਕੋਆਪਰੇਟ ਕਰ ਰਹੇ ਆ, ਰੋਕ ਰਹੇ ਆ, ਗੱਡੀਆਂ ਚੈਕਿੰਗ ਕਰਾ ਰਹੇ ਆ। ਹਲੇ ਤੱਕ ਤੁਹਾਨੂੰ ਕੋਈ ਸ਼ੱਕੀ ਚੀਜ਼ ਮਿਲੀ ਹੋਵੇ? ਨਹੀਂ, ਇਸ ਤਰ੍ਹਾਂ ਨਹੀਂ, ਵੈਸੇ ਨੋਰਮਲ ਚੀਜ਼ਾਂ, ਬੇਸਬੋਲ ਪਾ ਗਿਆ ਕਿਸੇ ਦੇ, ਕੋਈ ਇੱਦਾਂ ਇਸ ਤਰ੍ਹਾਂ ਦੀ ਚੀਜ਼ਾਂ ਨੋਰਮਲ ਚੀਜ਼ ਮਿਲੀ, ਹੋਰ ਨਹੀਂ ਕੁਛ। ਯਾਨੀ ਕਿ ਇਹ ਅਗਰ ਬੇਸਬੋਲ ਬੈਟ ਜਾਂ ਇੱਦਾਂ ਦੀ ਕੋਈ ਚੀਜ਼ ਮਿਲਦੀ ਹੈ, ਖਾਸ ਕਰ ਨੌਜਵਾਨਾਂ ਕੋਲ ਹੀ ਇੱਦਾਂ ਦੀ ਹੁੰਦੀਆਂ, ਕੀ ਉਹ ਜ਼ਬਤ ਕੀਤੀਆਂ ਜਾਂਦੀਆਂ? ਬਿਲਕੁਲ ਜ਼ਬਤ ਕਰ ਰਹੇ ਹਾਂ ਜੀ, ਜਿਹੜੀ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਉਹਨੂੰ ਅਸੀਂ ਜ਼ਬਤ ਕਰ ਲੈਂਦੇ ਹਾਂ ਜੀ। ਤਾਂ ਜਿਸ ਤਰ੍ਹਾਂ ਸਰ ਨੇ ਦੱਸਿਆ ਹੈਗਾ ਕਿ ਚੈਕਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਤੁਸੀਂ ਵੀ ਦੇਖ ਸਕਦੇ ਹੈਗੇ ਹੋ ਕਿ ਵਾਹਨ ਦੀਆਂ ਜਿਹੜੀਆਂ ਨੇ ਡਿੱਗੀ ਤੱਕ ਖੁੱਲੀਆਂ ਜਾ ਰਹੀਆਂ ਨੇ ਔਰ ਅੰਦਰ ਮੈਂ ਤੁਹਾਨੂੰ ਦਿਖਾ ਦਵਾਂ ਕਿ ਜਿਹੜੇ ਕਾਰ ਦੇ ਅੰਦਰ ਵੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ। ਸਰ, ਇਲੈਕਸ਼ਨ ਨੂੰ ਲੈ ਕੇ ਜਿਹੜੀ ਹੈ ਚੈਕਿੰਗ ਹੈਗੀ ਹੈ, ਬਹੁਤ ਵਧੀਆ ਚੱਲ ਰਿਹਾ ਸਰ, ਸਿਕਿਉਰਿਟੀ ਵਾਈਜ਼ ਬਹੁਤ ਅੱਛਾ ਹੈ।
ਤਾਂ ਲੋਕ ਵੀ ਕਿਤੇ ਨਾ ਕਿਤੇ ਕੋਪਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਸਾਡੇ ਸ਼ਹਿਰ ਦੇ ਵਿੱਚ ਲੁਧਿਆਣਾ ਦੇ ਵਿੱਚ ਖਾਸ ਕਰਕੇ ਜਿਹੜੇ ਇਲੈਕਸ਼ਨ ਨੇ ਉਹ ਸੁਖਾਵੇਂ ਢੰਗ ਨਾਲ ਹੋ ਸਕਣ। ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਤੈਨਾਤ ਨੇ ਔਰ ਨਾਲ ਦੀ ਨਾਲ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੀ ਹੈਗੀ ਹੈ ਕੈਮਰਾ ਦੇ ਨਾਲ ਰਿਕਾਰਡਿੰਗ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਜੋ ਹਰ ਵਾਹਨ ਦੇ ਉੱਤੇ ਤਿੱਖੀ ਨਜ਼ਰ ਪੈਣੀ ਨਜ਼ਰ ਜਿਹੜੀ ਹੈ ਜ਼ਰੂਰ ਰੱਖੀ ਜਾਵੇ। ਲੁਧਿਆਣਾ ਤੋਂ ਕੈਮਰਾ ਪਰਸਨ ਇਸ਼ਾਨ ਦੇ ਨਾਲ ਕਮਲ ਕਪੂਰ, ਇੰਡੀਆ ਨਿਊਜ਼, ਪੰਜਾਬ।